ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਅੱਜ ਲੁਧਿਆਣਾ ਦੌਰੇ ਤੇ ਹਨ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਰਹਿਸ਼ ਤੇ ਪਹੁੰਚੇ। ਇਸ ਦੌਰਾਨ ਉਹਨਾਂ ਗੋਸ਼ਾ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਗੁਰਦੀਪ ਸਿੰਘ ਗੋਸ਼ਾ ਸ਼੍ਰੋਮਣੀ ਅਕਾਲੀ ਦਲ ਤੋਂ ਕੁਝ ਦਿਨਾਂ ਤੋਂ ਨਾਰਾਜ਼ ਚੱਲ ਰਹੇ ਸਨ। ਇਸੇ ਦੇ ਮੱਦੇਨਜ਼ਰ ਬਿਕਰਮ ਮਜੀਠੀਆ ਗੁਰਦੀਪ ਗੋਸ਼ਾ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ, ਪਰ ਉਹਨਾਂ ਨੇ ਕਾਂਗਰਸ ਨੂੰ ਲੈ ਕੇ ਜ਼ਰੂਰ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਦੇ ਆਗੂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਉਹਨਾਂ ਸਾਫ਼ ਕਿਹਾ ਕਿ ਆਪਸੀ ਲੜਾਈ ਵਿੱਚ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਆਜ਼ਾਦੀ ਦਾ ਦਿਹਾੜਾ ਪਵਿੱਤਰ ਦਿਹਾੜਾ ਹੈ, ਇਸ ਮੌਕੇ ਸਾਰੇ ਆਜ਼ਾਦੀ ਘੁਲਾਟੀਆਂ ਦੇਸ਼ ਦੇ ਮਹਾਨ ਕ੍ਰਾਂਤੀਕਾਰੀਆਂ ਨੂੰ ਯਾਦ ਕਰਨਾ ਚਾਹੀਦਾ ਹੈ। ਜੇ ਨਿਊਜ਼ ਪੰਜਾਬੀ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਦੇਖੋ 15 ਅਗਸਤ ਨੂੰ ਤੁਸੀਂ ਕਾਂਗਰਸ ਅਤੇ ਕਾਟੋ ਕਲੇਸ਼ ਨਾਲ ਨਹੀਂ ਜੋੜ ਸਕਦੇ ਜੀ। 15 ਅਗਸਤ ਬੜਾ ਪਵਿੱਤਰ ਦਿਨ ਹੈ। ਲੱਖਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡੀਆਂ ਵੱਡੀਆਂ ਸ਼ਹਾਦਤਾਂ ਕੁਰਬਾਨੀਆਂ ਦਿੱਤੀਆਂ ਨੇ ਔਰ 15 ਅਗਸਤ ਦੇ ਦਿਨ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਨੂੰ, ਰਾਜਗੁਰੂ ਜੀ ਨੂੰ, ਸੁਖਦੇਵ ਜੀ ਨੂੰ, ਅਣਗਿਣਤ ਕਰਤਾਰ ਸਿੰਘ ਜੀ ਸ਼ਰਾਭਾ ਜੀ ਨੂੰ, ਊਧਮ ਸਿੰਘ ਜੀ ਨੂੰ, ਇਹਨਾਂ ਨੂੰ ਯਾਦ ਕਰਨ ਦਾ ਔਰ ਜਿੰਨੇ ਵੀ ਸਾਡੇ ਫੌਜੀ ਵੀਰ ਆ ਜਿਨ੍ਹਾਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਦੇਸ਼ ਨੂੰ ਆਜ਼ਾਦ ਅਤੇ ਆਬਾਦ ਰੱਖਣ ਵਾਸਤੇ, ਲੋਕਤੰਤਰ ਨੂੰ ਬਹਾਲ ਰੱਖਣ ਵਾਸਤੇ, ਇਹ ਪਵਿੱਤਰ ਦਿਨ ਉਹਨਾਂ ਨੂੰ ਸਮਰਪਿਤ ਹੈ ਔਰ ਉਹ ਸੋਚ ਨੂੰ ਸਮਰਪਿਤ ਹੈ ਜਿਹਨੇ ਦੇਸ਼ ਦੇ ਭਲਾਈ ਵਾਸਤੇ ਐਡੀ ਵੱਡੀ ਵੱਡੀ ਕੁਰਬਾਨੀਆਂ ਦਿੱਤੀਆਂ। ਕਾਂਗਰਸ ਦਾ ਕਾਟੋ ਕਲੇਸ਼ ਕੀ ਹੈ ਕੀ ਨਹੀਂ, ਇਹ ਉਸ ਦਿਨ ਨਾਲ ਪੁਆਇੰਟ ਲੀ ਲੈ ਨਹੀਂ, ਲੋਕਾਂ ਦਾ ਤਾਂ ਮੂਰਖ ਬਣਾ ਰਿਹਾ ਜੀ। ਉਹ ਜਿਹੜੇ ਡਾਕੂ ਸੀ ਜਿਨ੍ਹਾਂ 'ਤੇ ਵੱਖ ਵੱਖ ਇਲਜ਼ਾਮ ਲੱਗਦੇ ਸੀ, ਉਹ ਤਾਂ ਇੱਧਰ ਚੜ ਗਏ ਹੁਣ। ਗੱਲ ਤਾਂ ਪ੍ਰੋਬਲਮ ਓਬਵੀਅਸਲੀ ਆਰੋਪ ਕੋਈ ਫਰਕ ਨਹੀਂ, ਤੁਹਾਡਾ ਮੇਰਾ ਲੋਕਾਂ ਦਾ ਮੂਰਖ ਬਣਾਉਣ ਦਾ ਸਿਸਟਮ ਫੜਿਆ ਹੋਰ ਤਾਂ ਕੋਈ ਫਰਕ ਨਹੀਂ। ਪਾਰਟੀ ਉਹੀ ਹੈ, MLA ਉਹੀ ਨੇ ਜਿਨ੍ਹਾਂ 'ਤੇ ਆਰੋਪ ਲੱਗਦੇ ਸੀ। ਜਿੰਨਾ ਮਰਜ਼ੀ ਇਹਦੇ ਕੰਨ 'ਤੇ ਕਹਿ ਦੇ ਪਾਓ, ਜਵਾਬ ਉੱਥੇ ਦਊਂਗਾ।